ਹਨੀ ਟ੍ਰੈਪ 'ਚ ਫਸਿਆ ਡੇਰੇ ਦਾ ਬਾਬਾ, ਹੌਲੀ ਹੌਲੀ ਔਰਤ ਨੇ ਵਧਾਈ ਨੇੜਤਾ, ਫੋਨ ਰਿਕਾਰਡਿੰਗ ਕਰਕੇ ਕੀਤਾ ਬਲੈਕਮੇਲ, ਡੇਰੇ ਦੇ ਬਾਬੇ ਤੋਂ ਮੰਗੇ 10 ਲੱਖ ਰੁਪਏ। ਮਾਮਲਾ ਮੋਗਾ ਦੇ ਧਰਮਕੋਟ ਦੇ ਜਲਾਲਾਬਾਦ ਦਾ ਹੈ, ਜਿੱਥੇ ਇੱਕ ਡੇਰੇ ਦੇ ਵਿੱਚ ਇੱਕ ਔਰਤ ਦੇ ਵੱਲੋਂ ਡੇਰੇ ਦੇ ਬਾਬੇ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ ਪਤੀ ਪਤਨੀ ਦੇ ਵੱਲੋਂ ਪਲੈਨ ਕੀਤਾ ਗਿਆ, ਜਿਸ ਤੋਂ ਬਾਅਦ ਦੋ ਹੋਰ ਸਾਥੀ ਨਾਲ ਰਲਾਏ ਗਏ ਔਰ ਹੌਲੀ ਹੌਲੀ ਇਸ ਔਰਤ ਨੇ ਡੇਰੇ ਦੇ ਵਿੱਚ ਜਾ ਕੇ ਬਾਬੇ ਦੇ ਨਾਲ ਨੇੜਤਾ ਵਧਾਈ, ਉਸਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ, ਆਪਣੇ ਫੋਨ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਰਿਕਾਰਡ ਕਰ ਲਈਆਂ ਔਰ ਫਿਰ ਬਲੈਕਮੇਲ ਦੇ ਜ਼ਰੀਏ 10 ਲੱਖ ਦੀ ਮੰਗ ਕੀਤੀ। ਤਾਂ ਬਾਬੇ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਤਾਂ ਪੁਲਿਸ ਦੇ ਵੱਲੋਂ ਮਾਮਲੇ ਦੀ ਪੈਰਵਾਈ ਕਰਦੇ ਹੋਏ ਪਤੀ ਪਤਨੀ ਸਮੇਤ ਉਹਨਾਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਸੋ ਮੋਗਾ ਦੇ ਧਰਮਕੋਟ ਦੇ ਜਲਾਲਾਬਾਦ ਦੇ ਵਿੱਚ ਇਹ ਇੱਕ ਡੇਰਾ ਹੈ, ਜਿੱਥੇ ਪਤੀ ਪਤਨੀ ਜਾਂਦੇ ਸੀ ਤਾਂ ਔਰਤ ਦੇ ਵੱਲੋਂ ਆਪਣੇ ਪਤੀ ਦੇ ਜ਼ਰੀਏ ਡੇਰੇ ਦੇ ਬਾਬੇ ਨਾਲ ਨੇੜਤਾ ਵਧਾਈ ਗਈ, ਫਿਰ ਉਸਨੂੰ ਫੋਨ ਦੇ ਜ਼ਰੀਏ ਗੱਲਬਾਤ ਰਿਕਾਰਡ ਕੀਤੀ ਅਤੇ ਫਿਰ ਬਲੈਕਮੇਲ ਕਰਕੇ 10 ਲੱਖ ਰੁਪਏ ਮੰਗੇ ਔਰ ਬਾਬੇ ਦੇ ਵੱਲੋਂ ਸਮੇਂ ਸਿਰ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਤਾਂ ਪੁਲਿਸ ਨੇ ਇਹ ਠੱਗ ਗਰੋਹ ਪਤੀ ਪਤਨੀ ਸਮੇਤ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਬਾਬਾ ਜੀ ਨੇ ਜੀ ਜਲਾਲਾਬਾਦ ਪਿੰਡ ਦੇ ਵਿੱਚ ਡੇਰਾ ਉਹਨਾਂ ਦਾ, ਉਹਨਾਂ ਦੇ ਦੋ ਦੋਸਤਾਂ ਨੇ ਵਿਉਂਤ ਬਣਾ ਕੇ ਇੱਕ ਲੇਡੀ ਪਲਾਂਟ ਕੀਤੀ ਉਹਨਾਂ ਦੇ ਡੇਰੇ ਦੇ ਵਿੱਚ, ਜਿਹਦੇ ਹਸਬੈਂਡ ਨੂੰ ਉਹਨਾਂ ਦੇ ਕੋਲ ਨੌਕਰੀ ਲਵਾਇਆ। ਲੇਡੀ ਬਾਬਾ ਜੀ ਦੇ ਨਾਲ ਫੋਨ ਦੇ ਉੱਤੇ ਗੱਲ ਕਰਨੀ ਸ਼ੁਰੂ ਕਰਦੀ ਹੈ ਅਤੇ ਬਾਬਾ ਜੀ ਨੂੰ ਹਨੀ ਟ੍ਰੈਪ ਦੇ ਵਿੱਚ ਲੈ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਅਤੇ 10 ਲੱਖ ਰੁਪਏ ਦੀ ਮੰਗ ਕਰਦੇ ਨੇ, ਜਿਸ 'ਤੇ ਬਾਬਾ ਜੀ ਨੇ ਪੁਲਿਸ ਨੂੰ ਕੰਪਲੇਂਟ ਕੀਤੀ ਅਤੇ ਪੁਲਿਸ ਨੇ ਜਦੋਂ ਪੜਤਾਲ ਕੀਤੀ ਤਾਂ ਉਹਨਾਂ ਦੇ ਦੋਸ਼ ਸਹੀ ਪਾਏ ਗਏ ਅਤੇ ਜਿਸ 'ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਗਈ ਹੈ। ਕਿੰਨੇ ਜਾਣੇ ਬਣੇ ਜੀ ਇਹਦੇ ਵਿੱਚ? 4 ਜਾਣੇ, 4 ਦੋਸ਼ੀ ਨੇ, 4 ਗ੍ਰਿਫਤਾਰ ਨੇ। ਰਿਲੇਸ਼ਨ ਕੀ ਹੈ ਜੀ ਇਹਨਾਂ ਦੇ ਆਪਸ 'ਚ? 2 ਜਾਣੇ ਤਾਂ ਬਾਬੇ ਦੇ ਦੋਸਤ ਨੇ ਜੀ, ਜਿਹੜਾ ਤੀਸਰਾ ਉਹ ਲੇਡੀ ਦਾ ਘਰ ਵਾਲਾ ਹੈ ਜੋ ਬਾਬੇ ਦੇ ਡੇਰੇ ਦੇ ਵਿੱਚ ਮੁਲਾਜ਼ਮ ਸੀ, ਅਤੇ ਇੱਕੋ ਲੇਡੀ ਜਿਹੜੀ ਮੇਨ ਇਸ ਕੇਸ ਦੀ ਦੋਸ਼ਣ ਹੈ। ਮੇਰੀ ਦੋਸਤੀ ਕੀਤੀ ਸੀ ਪਹਿਲਾਂ ਬਾਬੇ ਨੇ ਬਾਬੇ ਨਾਲ ਜੀ, ਬਾਬੇ ਦੇ ਨਾਲ ਇਹਦਾ ਘਰ ਵਾਲਾ ਮੁਲਾਜ਼ਮ ਸੀ ਉੱਥੇ ਡੇਰੇ ਦੇ ਵਿੱਚ, ਅਤੇ ਉਸ ਲੇਡੀ ਨੇ ਫਿਰ ਇਹਦਾ ਫਾਇਦਾ ਚੱਕ ਕੇ ਬਾਬਾ ਜੀ ਦੇ ਨਾਲ ਨੇੜਤਾ ਵਧਾ ਲਈ, ਬਾਬਾ ਜੀ ਦੇ ਨਾਲ ਫੋਨ 'ਤੇ ਗੱਲਬਾਤ ਕਰਨੀ ਸ਼ੁਰੂ ਕਰਤੀ ਅਤੇ ਗਾਹੇ ਬਗਾਹੇ ਉਹਨਾਂ ਨੂੰ ਫੋਨ ਕਰਕੇ ਬਾਬਾ ਜੀ ਦੀਆਂ ਗੱਲਾਂ ਨੂੰ ਰਿਕਾਰਡ ਕਰਦੀ ਸੀ। ਇਹ ਸਰ ਹੋਰ ਵੀ ਕੋਈ ਮਾਮਲੇ ਸਾਹਮਣੇ ਆਏ ਇਸ ਤਰ੍ਹਾਂ ਦੇ? ਜਾਂਚ ਚੱਲ ਰਹੀ ਹੈ ਜੀ, ਹਾਲੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਹਾਲੇ ਨਹੀਂ ਦੱਸ ਪਾਵਾਂਗੇ।